ਅੰਬਰਧਾਰੀ ਬੰਦੇ ਦਾ ਅੱਜ ਮਜ਼ਾਕ ਉਡਾਉਂਦੇ ਨੇ ਲੋਕ। ਕਿਤੇ ਅੰਬਰਧਾਰੀ ਬੰਦੇ ਨੂੰ ਪਹਿਲਾਂ ਫਤਿਹ ਬੁਲਾਉਂਦੇ ਸੀ, ਹੁਣ ਵੀ ਚਲੋ ਆਪਾਂ ਆਪਣੇ ਅੰਦਰ ਰੱਖਦੇ ਹਾਂ, ਜੋ ਸਾਨੂੰ ਮਿਲਦਾ ਕੋਈ ਗੁਰਸਿੱਖ ਬੰਦਾ ਮਿਲਦਾ ਅਸੀਂ ਫਤਿਹ ਬੁਲਾ ਕੇ ਜੱਫੀ ਪਾ ਕੇ ਮਿਲਦੇ ਹਾਂ। ਕਿਵੇਂ ਕਹੇ ਸਾਨੂੰ ਉਂਗਲ ਕਰਕੇ ਖੜੀ ਵੀ ਹਾਂ ਸਾਨੂੰ ਆਹ ਸੀ, ਆਹ ਗਰੀਬ ਬੱਚੇ ਨੂੰ ਦੇ ਰਿਹਾ ਗੁਰਸਿੱਖ ਬੰਦੇ ਨੂੰ। ਮੇਰੇ ਦੋਨੇ ਬੱਚੇ ਅੰਬਰਧਾਰੀ ਨੇ ਜੀ, ਮੈਂ ਖੁਦ ਅੰਬਰਧਾਰੀ ਹਾਂ, ਪਰਿਵਾਰ ਮੇਰਾ ਪੂਰਾ ਅੰਬਰਧਾਰੀ ਹੈ। ਅੱਜ ਉਹ ਫੇਸਬੁੱਕ ਖੋਲੋ, ਯੂਟਿਊਬ ਖੋਲੋ, ਮੂਹਰੇ ਬੈਠਾ ਉਹ, ਮੈਂ ਇਹ ਕਰ ਦੂੰਗਾ ਵਿੱਚ ਵਾਲਾ ਬੰਦਾ ਆ ਜਾਓ ਉੱਠ ਕੇ, ਕੀ ਹੈ ਯਾਰ ਇਹ? ਬਿਲਕੁਲ ਬੰਦਾ ਜਿਹੜਾ ਕਹੇ ਵੀ ਮੈਂ ਰੱਜਾ ਪੁੱਜਾ, ਮੈਂ ਸੇਵਾ ਕਰਨਾ ਚਾਹੁੰਦਾ, ਕੌਣ ਇਹੋ ਜਿਹਾ? ਇੱਕ ਵੀ ਨਹੀਂ ਹੈਗਾ, ਹਲੇ ਅਸੀਂ ਹੈਗੇ ਹਾਂ। ਸਾਨੂੰ ਕੋਈ ਗਰੀਬ ਗਰੂਬਾ ਬਾਕੀ ਹੱਥ ਮਾਰਦਾ ਬਾਈ ਜੀ, ਅਸੀਂ ਉਹਨੂੰ 20-50 ਦੇ ਕੇ ਤੋਰਦੇ ਵੀ ਨਹੀਂ ਯਾਰ ਸਾਡੇ ਦਰ ਤੇ ਆਇਆ, ਇਹ ਐਡੇ ਤਖਤਾਂ ਤੇ ਬਿਠਾਏ ਹੋਏ ਨੇ ਜੀ, ਅਸੀਂ ਰੋਣ ਲੱਗ ਰਹੇ ਹਾਂ, ਹਲਕਾ ਦੇ ਫਿਰਦੇ ਅਸੀਂ ਰੋਣਦੇ। ਦੱਸੋ ਵੀ ਇਹਦੇ ਵਿੱਚ ਹੁਣ ਕੀ ਕਰੀਏ ਅਸੀਂ ਬਾਈ ਜੀ? ਸਾਨੂੰ ਸਾਡਾ ਕੋਈ ਮੋਢੇ ਦੇ ਹੱਥ ਰੱਖੂ ਆ ਕੇ, ਅਸੀਂ ਉਹਦੇ ਨਾਲ ਤੁਰਾਂਗੇ ਨਹੀਂ ਫਿਰ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਤੁਹਾਨੂੰ ਪਤਾ ਹੀ ਆ ਚੰਗੀ ਤਰ੍ਹਾਂ, ਜਿਹੜਾ ਈਸਾਈ ਧਰਮ ਵਾਲਾ ਆ ਪਾਸਟਰ ਵਾਲਾ ਮੁੱਦਾ ਚੱਲਦਾ, ਸਿੱਖਾਂ ਦਾ ਮੁੱਦਾ ਚੱਲ ਰਿਹਾ, ਆਪਾਂ ਵਾਰ ਵਾਰ ਚੀਕਾਂ ਮਾਰਦੇ ਹਾਂ ਕਿ ਜਿਹੜੇ ਸਾਡੇ ਸਿੱਖ ਧਰਮ ਦੇ ਨੌਜਵਾਨ ਨੇ ਇਹ ਧਰਮ ਪਰਿਵਰਤਨ ਕਰ ਰਹੇ ਨੇ, ਹੋਰ ਧਰਮ ਵਿੱਚ ਜਾ ਰਹੇ ਨੇ। ਅਤੇ ਮੇਰੇ ਨਾਲ ਇੱਕ ਬਾਈ ਮਿਲਿਆ ਮੈਨੂੰ, ਤੁਸੀਂ ਪਿੱਛੇ ਦੇਖ ਲਓ, ਬਾਈ ਟਰੱਕ ਚਲਾਉਂਦਾ ਅਤੇ ਟਰੱਕ ਡਰਾਈਵਰ, ਅਸੀਂ ਢਾਬੇ 'ਤੇ ਚਾਹ ਪੀਣਾ ਸੀ ਅਤੇ ਬਾਈ ਸਾਨੂੰ ਮਿਲ ਗਿਆ, ਅਤੇ ਬਾਈ ਨੇ ਆਪਣੇ ਦੁੱਖੜੇ ਬੜੇ ਰੋਏ ਯਾਰ। ਅਸੀਂ ਬਹਿ ਕੇ 2 ਮਿੰਟ ਗੱਲਾਂ ਕਰੀਆਂ ਬਾਈ ਨੂੰ ਵੀ ਬਾਈ ਆਪਣਾ ਧਰਮ ਪਰਿਵਰਤਨ ਹੋ ਰਿਹਾ, ਆਪਣੇ ਧਰਮ ਦੇ ਲੋਕ ਨੇ ਜਿਹੜੇ ਉਹ ਆਪਣਾ ਧਰਮ ਛੱਡ ਕੇ ਈਸਾਈ ਧਰਮ ਵੱਲ ਕਿਉਂ ਜਾ ਰਹੇ ਨੇ? ਪਹਿਲਾਂ ਜਾ ਰਹੇ ਸੀਗੇ, ਹੈਗਾ ਸੀ ਡੇਰਾਵਾਦ, ਡੇਰਾਵਾਦ 'ਚ ਕੌਣ ਕੌਣ ਸੀਗੇ? ਪਹਿਲਾਂ ਸੀਗਾ ਸਰਸੇ ਵਾਲਾ, ਉਹਨੇ ਬੜਾ ਆਪਣਾ ਧਰਮ ਖਰਾਬ ਕੀਤਾ, ਫਿਰ ਆ ਗਿਆ ਸੀ ਡੇਰਾ ਬਿਆਸਾ ਵਾਲਾ, ਅਤੇ ਫਿਰ ਆ ਗਿਆ ਸੀਗਾ ਸਿਰ ਘੁਮਾਉਣ ਵਾਲੇ ਸਾਰੇ, ਅਤੇ ਹੁਣ ਆ ਗਏ ਈਸਾਈ ਧਰਮ ਵਾਲੇ ਪਾਸਟਰ ਜਿਹੜੇ ਕਹਿੰਦੇ ਫਾਇਰ ਫਾਇਰ ਕਹਿ ਕੇ ਕਹਿੰਦੇ ਭੂਤ ਭਜਾ ਆਉਂਦੇ ਨੇ, ਅਤੇ ਵੱਡੇ ਵੱਡੇ ਨੂੰ ਤੁਰਨ ਲਾ ਆਉਂਦੇ ਨੇ ਜਿਹੜੇ ਲਾਂਗੜੇ ਲੂਲੇ ਨੇ। ਹੁਣ ਇਹ ਤਾਂ ਉਹੀ ਜਾਣਦੇ ਨੇ ਵੀ ਉਹਨਾਂ 'ਚ ਗੈਬੀ ਸ਼ਕਤੀ ਹੈਗੀ ਹੈ ਜਾਂ ਨਹੀਂ ਹੈਗੀ, ਅਸੀਂ ਉਹਦੀ ਗੱਲ ਨਹੀਂ ਕਰਦੇ। ਬਾਈ ਨੇ ਆਪਣੇ ਦੁੱਖੜੇ ਬੜੇ ਰੋਏ ਨੇ, ਬਾਈ ਕੇਸਧਾਰੀ ਹੈ, ਦਸਤਾਰਧਾਰੀ ਹੈ, ਪੂਰਨ ਸਿੱਖ ਕਹਿ ਸਕਦੇ ਆ ਬਾਈ ਨੂੰ, ਆਪਾਂ ਸਿੱਖੀ ਸਰੂਪ ਦੇ ਵਿੱਚ ਆ ਬਾਈ ਨਾਲ ਗੱਲਾਂ ਬਾਤਾਂ ਕਰਾਂਗੇ। ਬਾਈ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਜੀ ਆਪਾਂ ਅਕਸਰ ਦੇਖ ਰਹੇ ਹਾਂ ਰੌਲਾ, ਤੁਸੀਂ ਵੀ ਯੂਟਿਊਬ 'ਤੇ ਦੇਖ ਰਹੇ ਹੋ, ਅਸੀਂ ਵੀ ਦੇਖਦੇ ਹਾਂ, ਫੇਸਬੁੱਕ ਭਰੀ ਪਈ ਹੈ, ਪਾਸਟਰ ਹੈ ਚੀਕ ਚੀਕ ਕੇ ਬੋਲਦਾ, ਚਲਾ ਚਲਾ ਕੇ ਬੋਲਦਾ ਕਿ ਸਾਡੇ ਧਰਮ ਦੇ ਵਿੱਚ ਆਹ ਹੁੰਦਾ, ਸਾਡੇ ਧਰਮ ਦੇ ਵਿੱਚ ਸਾਡੇ ਧਰਮ ਵੱਲ ਆਉਣ ਦੇ ਕਿਉਂ ਨੇ, ਆਪਣੇ ਧਰਮ ਦੇ ਵਾਰ ਵਾਰ ਉਂਗਲੀ ਚੱਕ ਰਹੇ ਨੇ, ਉਹ ਕਿਉਂ ਚੱਕ ਰਹੇ ਨੇ ਉਂਗਲੀ? ਕਹਿੰਦੇ ਵੀ ਸਾਡੇ ਜਿਹੜੇ ਕੈਂਬਰਿਜ ਸਕੂਲ ਖੋਲ੍ਹੇ ਹੋਏ ਨੇ ਈਸਾਈ ਧਰਮ ਨੇ, ਸਾਡੇ ਕੈਂਬਰਿਜ ਸਕੂਲ ਖੋਲ੍ਹ ਰੱਖੇ ਨੇ, ਸਾਡੇ ਈਸਾਈ ਧਰਮ ਨੇ ਜਿਹੜੇ ਫੋਰਨ ਦੇ ਵਿੱਚ ਨੇ ਉਹ ਬੜੀਆਂ ਸੁੱਖ ਸਹੂਲਤਾਂ ਦੇ ਰਹੇ ਨੇ, ਕਾਰਨ ਕੀ ਆ ਬਾਈ ਜੀ? ਮੈਨੂੰ ਵੀ ਸਮਝ ਨਹੀਂ ਆ ਰਿਹਾ ਵੀ ਜਿਹੜਾ ਆਪਣਾ ਐਡਾ ਵੱਡਾ ਇਤਿਹਾਸ ਭਰਿਆ ਹੋਇਆ, ਕੁਰਬਾਨੀਆਂ ਨਾਲ ਭਰਿਆ ਹੋਇਆ, 10ਵੇਂ ਪਾਤਸ਼ਾਹ ਨੇ ਸਾਰਾ ਸਰਵੰਸ ਵਾਰਤਾ, ਸਿੱਖੀ ਸਰੂਪ ਸਾਰੇ ਵਾਰਤਾ, ਕਾਰਨ ਕੀ ਹੋਇਆ? ਜਿਹੜਾ ਆਪਣਾ ਧਰਮ ਛੱਡ ਕੇ ਈਸਾਈ ਧਰਮ ਵੱਲ ਜਾਂ ਹੋਰ ਧਰਮ ਵੱਲ ਜਾ ਰਹੇ ਨੇ, ਕੋਈ ਸਿਰ ਖੇਡਣ ਵਾਲਿਆਂ ਵੱਲ ਜਾ ਰਿਹਾ, ਕੋਈ ਡੇਰਿਆਂ ਵੱਲ ਵੱਧ ਰਿਹਾ, ਗੁਰੂ ਘਰ ਨੇ ਟੁੱਟ ਕੇ ਲੋਕ ਜਾ ਕਿਉਂ ਰਹੇ ਨੇ ਦੂਜੇ ਪਾਸੇ? ਕਾਰਨ ਕੀ ਆ ਬਾਈ ਜੀ? ਕਾਰਨ ਵੀਰੇ ਮੈਂ ਤਾਂ ਇੱਕੋ ਕਾਰਨ, ਕਾਰਨ ਬਾਈ ਜੀ ਇੱਕੇ ਮੰਨਦਾ ਸੀ ਤਾਂ ਵੀ ਦੇਖੋ ਐਸ ਜੀ ਪੀ ਸੀ ਐਡੀ ਵੱਡੀ ਸੰਸਦ ਹੈ, ਸਰਕਾਰ ਦਾ ਬਜਟ ਰੱਖਦੀ ਆ ਉਹ, ਹਾਂਜੀ ਪੰਜਾਬ ਸਰਕਾਰ ਦਾ ਬਜਟ ਰੱਖਦੀ ਆ, ਉਨੀ ਪੰਜਾਬ ਸਰਕਾਰ ਦਾ ਬਜਟ ਹੈ, ਉਮਣੀ ਸ਼੍ਰੋਮਣੀ ਕਮੇਟੀ ਦਾ ਬਜਟ ਹੈ। ਬਿਲਕੁਲ ਜੀ, ਇੰਨਾ ਪੈਸਾ ਹੋਣ ਦੇ ਬਾਵਜੂਦ ਵੀ ਸਾਡੇ ਏਰੀਏ 'ਚ, ਅਸੀਂ ਲਹਿਰੇ ਗੱਗ ਤੋਂ ਬਿਲੋਂਗ ਕਰਦੇ ਹਾਂ ਜੀ, ਜ਼ਿਲ੍ਹਾ ਸੰਗਰੂਰ ਆ ਸਾਡਾ, ਸਾਡੇ ਏਰੀਏ 'ਚ ਇੱਕ ਵੀ ਸਕੂਲ, ਇੱਕ ਵੀ ਹੋਸਪਿਟਲ ਜਾਂ ਕੋਈ ਅਕੈਡਮੀ ਦਿਖਾ ਦਿਓ ਜੋ ਸਾਡੇ ਬੱਚਿਆਂ ਦਾ ਸਾਨੂੰ ਸਾਂਭ ਸਕੇ। ਬਿਲਕੁਲ ਜੀ, ਇਹ ਲੋਕ ਕੀ ਕਰਦੇ ਨੇ, ਇਹ ਦਵਾਈਆਂ ਫ੍ਰੀ, ਸਾਡੇ ਕਹਿੰਦੇ ਆਓ ਅਸੀਂ ਤੁਹਾਨੂੰ ਦਵਾਈਆਂ ਦੇਵਾਂਗੇ, ਇਹ ਖਰੀਦਦੇ ਨਹੀਂ ਹੈਗੇ, ਅਸੀਂ ਕਹੇ ਖਰੀਦਦੇ ਨੇ ਨਹੀਂ, ਹਿਪਨੋਟਾਈਜ਼ ਕਰਦੇ ਨੇ ਇਹ, ਉਹਨਾਂ ਦੇ ਮਨ 'ਚ ਪਿਆਰ, ਉਹਨਾਂ ਦੇ ਪ੍ਰਤੀ ਉਹਨਾਂ ਦੀ ਮਾਨਸਿਕਤਾ ਖਰੀਦਦੇ ਨੇ, ਇਹ ਮਾਨਸਿਕਤਾ ਖਰੀਦ, ਉਹਨਾਂ ਦਾ ਦਿਮਾਗ ਖਰੀਦਦੇ ਨੇ ਇਹ ਵੀ ਸਾਨੂੰ ਆਹ ਮਿਲ ਰਿਹਾ ਅਸੀਂ ਜਾਵਾਂਗੇ, ਕਿਉਂ ਨਹੀਂ ਜਾਵਾਂਗੇ ਅਸੀਂ? ਬਿਲਕੁਲ, ਹੁਣ ਮੈਂ ਡਰਾਈਵਰੀ ਕਰਦਾ ਜੀ, 15-20 ਹਜ਼ਾਰ ਰੁਪਇਆ ਕਮਾਉਣਾ ਮੈਂ, ਜ਼ੋਰ ਮਾਰ ਕੇ ਦਿਨ ਰਾਤ ਭੱਟਦਾ ਫਿਰਦਾ, ਹੁਣ ਮੇਰੇ ਬੱਚੇ ਨੇ
ਸਰਕਾਰੀ ਚ ਪੜਾਉਣੇ ਆ ਤਾਂ ਕਿਸੇ ਹਿਸਾਬ ਚ ਨਹੀਂ ਆਉਂਦੀ ਕਹਾਣੀ, ਅੰਗਰੇਜ਼ੀ ਸਕੂਲ ਚ ਪੜਾਉਣੇ ਬਜਟ ਵੱਧ ਹੈ, ਕਿੱਥੇ ਜਾਈਏ ਅਸੀਂ? ਬਿਲਕੁਲ, ਜੇ ਸਾਨੂੰ ਆ ਕੇ ਕੋਈ ਕਹੂਗਾ ਅਸੀਂ ਤੁਹਾਡੇ ਨਾਲ ਖੜੇ ਆ, ਸਾਨੂੰ ਜੱਫੀ ਪਾਊਗਾ, ਅਸੀਂ ਜਾਵਾਂਗੇ ਉਧਰ? ਕਿਉਂ ਨਹੀਂ ਜਾਵਾਂਗੇ ਅਸੀਂ? ਸਾਡਾ ਲੋਕ ਮਜ਼ਾਕ ਮਜ਼ਾਕ ਰੱਖਦਾ ਲੋਕਾਂ ਨੇ, ਬਿਲਕੁਲ ਸਹੀ, ਅੰਮ੍ਰਿਤਧਾਰੀ ਬੰਦੇ ਦਾ ਅੱਜ ਮਜ਼ਾਕ ਉਡਾਉਂਦੇ ਨੇ ਲੋਕ। ਕਿਤੇ ਅੰਮ੍ਰਿਤਧਾਰੀ ਬੰਦੇ ਨੂੰ ਪਹਿਲਾਂ ਫਤਿਹ ਬੁਲਾਉਂਦੇ ਸੀ, ਹੁਣ ਵੀ ਚਲੋ ਆਪਾਂ ਆਪਣੇ ਅੰਦਰ ਰੱਖਦੇ ਹਾਂ, ਜੋ ਸਾਨੂੰ ਮਿਲਦਾ ਕੋਈ ਗੁਰਸਿੱਖ ਬੰਦਾ ਮਿਲਦਾ ਅਸੀਂ ਫਤਿਹ ਬੁਲਾ ਕੇ ਜੱਫੀ ਪਾ ਕੇ ਮਿਲਦੇ ਹਾਂ। ਅੱਜ ਕੱਲ੍ਹ ਕੀ ਹੋ ਰਿਹਾ ਹੈ ਬਾਬਾ ਜੀ, ਆਪਣੇ ਕਿੰਨੇ ਉਰੇ ਸਮਾਜ ਸੇਵੀ ਬੰਦੇ ਨੇ, ਇੱਕ ਵੀ ਕਹੇ ਵੀ ਮੈਂ ਤੁਹਾਡੇ ਬੱਚਿਆਂ ਨੂੰ ਅਸੀਂ ਜਾ ਉਹਨੂੰ ਤੁਹਾਨੂੰ ਸਪੋਰਟ ਦਿੰਦੇ ਹਾਂ, ਕੀ ਕਰਦੇ ਹਾਂ, ਹੁਣ ਮੈਂ ਰੁਜ਼ਗਾਰ ਵੀ ਚਲਾਉਣਾ, ਬੱਚੇ ਵੀ ਪੜ੍ਹਾਉਣਾ, ਬਾਈ ਜੀ ਕੀ ਕਰ ਸਕਦਾ? ਬਿਮਾਰ ਬੰਦਾ, ਮੈਂ ਸ਼ੂਗਰ ਦਾ ਮਰੀਜ਼ ਹਾਂ ਜੀ ਮੈਂ। ਬਿਲਕੁਲ ਜੀ, ਅਤੇ ਬਾਈ ਜੀ ਇੱਕ ਚੀਜ਼ ਮੈਂ ਅਕਸਰ ਦੇਖੀ ਹੈ ਕਿ ਜਿਹੜੇ ਈਸਾਈ ਧਰਮ ਦੇ ਜਿਹੜੇ ਪੈਰੋਕਾਰ ਨੇ, ਜਿਹੜੇ ਉਹਨਾਂ ਦੇ ਛੱਡੇ ਹੋਏ ਨੇ ਲੋਕ, ਛੱਡੇ ਹੋਏ ਨੇ ਕਹਿ ਸਕਦੇ ਹੋ ਆਪਦੇ ਧਰਮ ਨਾਲ, ਤੇ ਉਹ ਗਲੀ ਗਲੀ ਜਾ ਕੇ ਧਰਮ ਦਾ ਪ੍ਰਚਾਰ ਕਰ ਰਹੇ ਨੇ, ਤੇ ਫਿਰ ਮੇਰੇ ਵਰਗਾ ਉੱਥੇ ਫੇਸਬੁੱਕੀ ਵਿਦਵਾਨ ਪਹੁੰਚ ਕੇ ਉਹਨਾਂ ਦੀ ਵੀਡੀਓ ਬਣਾ ਲੈਂਦਾ। ਤੇ ਆਪਣੇ ਧਰਮ ਦੇ ਲੋਕ ਕਿਉਂ ਨਹੀਂ ਪ੍ਰਚਾਰ ਕਰ ਸਕਦੇ? ਕਿਉਂਕਿ ਆਪਣਾ ਧਰਮ ਕੋਈ ਛੋਟਾ ਧਰਮ ਹੈ ਜਾਂ ਧਰਮ ਦੇ ਲੋਕ ਬਿਜ਼ੀ ਬਹੁਤ ਨੇ? ਕਾਰਨ ਕੀ ਆ ਬਾਈ ਜੀ? ਇਹ ਕਾਰਨ ਤਾਂ ਜੀ ਇਹਨਾਂ ਨੇ ਆਪਦੇ ਢਿੱਡ ਭਰਨਗੇ ਤਾਂ ਹੀ, ਜਿਹੜੇ ਸਾਡੇ ਮੂਹਰੇ ਰੱਖੇ ਹੋਏ ਨੇ, ਅਸੀਂ ਬਣਾਏ ਹੋਏ ਨੇ, ਜਿਹਨਾਂ ਦੇ ਢਿੱਡ ਆਪਦੇ ਭਰਨਗੇ ਫਿਰ ਆ। ਇਹਨੇ ਜੋ ਕਿਹੜਾ ਬੰਦਾ ਜਿਹੜਾ ਕਹੇ ਵੀ ਮੈਂ ਰੱਜਾ ਪੁੱਜਾ ਮੈਂ ਸੇਵਾ ਕਰਨਾ ਚਾਹੁੰਦਾ, ਕੌਣ ਹੈਗਾ? ਇੱਕ ਵੀ ਨਹੀਂ ਹੈਗਾ, ਹਲੇ ਅਸੀਂ ਹੈਗੇ ਹਾਂ। ਸਾਨੂੰ ਕੋਈ ਗਰੀਬ ਗਰੂਬਾ ਬਾਕੀ ਦਾ ਹੱਥ ਮਾਰਦਾ ਬਾਈ ਜੀ, ਅਸੀਂ ਉਹਨੂੰ 20-50 ਦੇ ਕੇ ਤੋਰਦੇ ਵੀ ਨਹੀਂ ਯਾਰ ਸਾਡੇ ਦਰ 'ਤੇ ਆਇਆ, ਇਹ ਐਡੇ ਤਖਤ 'ਤੇ ਬਿਠਾਏ ਹੋਏ ਨੇ ਜੀ, ਅਸੀਂ ਰੁੜ ਲੱਗ ਰਹੇ ਉਹਨੇ ਹਲਕਾ ਦੇ ਫਿਰਦੇ ਅਸੀਂ ਰੁੜਦੇ। ਦੱਸੋ ਇਹਦੇ ਵਿੱਚ ਹੁਣ ਕੀ ਕਰੀਏ ਅਸੀਂ ਬਾਈ ਜੀ? ਸਾਨੂੰ ਸਾਡਾ ਕੋਈ ਮੋਢੇ ਦੇ ਹੱਥ ਰੱਖੂ ਆ ਕੇ, ਅਸੀਂ ਉਹਦੇ ਨਾਲ ਤੁਰਾਂਗੇ ਨਹੀਂ ਫਿਰ? ਇੱਕ ਵੀ ਕਹੇ ਸਾਨੂੰ ਉਂਗਲ ਕਰਕੇ ਖੜੀ ਵੀ ਹਾਂ ਸਾਨੂੰ ਆਹ ਸੀ ਆਹ ਗਰੀਬ ਬੱਚੇ ਨੂੰ ਆਹ ਦੇ ਰਿਹਾ ਗੁਰਸਿੱਖ ਬੰਦੇ ਨੂੰ? ਮੇਰੇ ਦੋਨੇ ਬੱਚੇ ਅੰਮ੍ਰਿਤਧਾਰੀ ਨੇ ਜੀ, ਮੈਂ ਖੁਦ ਅੰਮ੍ਰਿਤਧਾਰੀ ਹਾਂ, ਪਰਿਵਾਰ ਮੇਰਾ ਪੂਰਾ ਅੰਮ੍ਰਿਤਧਾਰੀ ਹੈ। ਬਾਈ ਜੀ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਇਹ ਵੀ ਜੇ ਅਸੀਂ ਜਾਂਦਾ ਰਿਹਾ ਧਰਮ ਪਰਿਵਰਤਨ ਹੁੰਦਾ ਰਿਹਾ, ਕੁਛ ਡੇਰੇ ਵੱਲ ਵਧੀ ਗਏ ਲੋਕ, ਕੁਛ ਆ ਜਿਹੜੇ ਸਿਰ ਖੇਡਦੇ ਨੇ ਹਿੰਦੂ ਧਰਮ ਨੇ ਕਾਰਡ ਲੈ ਕੇ, ਕੋਈ ਕਹਿੰਦਾ ਮੇਰੇ 'ਚ ਕਾਲੀ ਮਾਤਾ ਆਉਂਦੀ, ਕੋਈ ਕਹਿੰਦਾ ਮੇਰੇ 'ਚ ਭੈਰੋ ਆਉਂਦਾ, ਤੁਰੰਤ ਦੀ ਸ਼ਕਤੀ ਦੇਖ ਕੇ ਜਿਹੜਾ ਕਰੰਟ ਸ਼ਕਤੀ ਦਿਖਾਉਂਦੇ ਨੇ ਉਹ ਵੀ ਅਸੀਂ ਸ਼ਕਤੀ ਹੁਣੀ ਦਿਖਾਉਂਦੇ ਹਾਂ, ਹੁਣੀ ਆਓ, ਹੁਣੀ ਮਰੇ ਨੂੰ ਜਿਉਂਦਾ ਕਰ ਦਾਂਗੇ, ਹੁਣੀ ਲਾਂਗੜੀ ਨੂੰ ਚੱਲਦਾ ਕਰ ਦਾਂਗੇ, ਹੁਣੀ ਗੂੰਗੇ ਨੂੰ ਬੋਲਣ ਲਾ ਦਾਂਗੇ, ਅਤੇ ਜਿਹਨੂੰ ਬਹਿਰ ਹੈ ਹੁਣੀ ਸੁਣ ਲਾ ਦਾਂਗੇ। ਕਿ ਆਪਣੇ ਧਰਮ 'ਚ ਕੋਈ ਸ਼ਕਤੀ ਨਹੀਂ ਹੈਗੀ ਬਾਈ ਜੀ? ਬਾਈ ਜੀ ਸ਼ਕਤੀ ਨਹੀਂ ਹੁੰਦੀ ਇਹਦੇ ਵਿੱਚ, ਇਹ ਸ਼ਰਧਾ ਹੁੰਦੀ ਆ, ਪਰ ਇਹ ਕੰਮ ਜੋ ਕਹਿ ਰਹੇ ਨੇ ਪਾਸਟਰ ਕਹਿ ਰਹੇ ਨੇ, ਮੈਂ ਗਰਦਨ ਕਟਾ ਦੂੰਗਾ, ਇੱਕ ਵੀ ਹੋ ਸਕੇਗਾ ਜੇ ਇੱਕ ਵੀ ਸੱਚ ਹੋਵੇ ਨਾ ਜੋ ਮੈਂ ਕਰ। ਹਾਂ ਚਮਤਕਾਰ ਹੁੰਦੇ ਨੇ, ਵਾਹਿਗੁਰੂ ਮਹਾਰਾਜ ਆਪਣਾ ਹਰਿਮੰਦਰ ਸਾਹਿਬ ਦੇਖਦੇ ਆ ਜੀ, ਕਿਸੇ ਦੀ ਬਾਜ ਵਾਸ ਆਉਂਦੀ ਹੈ, ਕੋਈ ਤੁਰਨ ਲੱਗ ਜਾਂਦਾ, ਦੈਵਿਕ ਸ਼ਕਤੀ ਉਹ ਪਰਮਾਤਮਾ ਮਿਹਰ ਕਰਦਾ, ਆਪਾਂ ਦੇਖਦੇ ਨੀ ਗਰੀਬ ਅਮੀਰ ਬਣ ਜਾਂਦਾ, ਅਮੀਰ ਥੱਲੇ ਡਿੱਗ ਜਾਂਦਾ, ਕੀ ਆ ਉਹ? ਆਹੀ ਚੀਜ਼ ਆ ਬਾਈ ਜੀ, ਬਿਲਕੁਲ ਇਹ ਆਪਾਂ ਪਸੰਦ ਕਰਦੇ ਹਾਂ, ਆਪਾਂ ਇਹ ਚੀਜ਼ਾਂ ਪਸੰਦ ਕਰਨ ਲੱਗ ਗਏ, ਆਪਣੇ ਲੋਕ ਪਖੰਡਵਾਦ ਨੂੰ ਪਸੰਦ ਕਰਨ ਲੱਗ ਗਏ। ਜੇ ਮਨੋ ਸਿੱਖੀ ਧਿਆਵਾਂਗੇ, ਵਿਸ਼ਵਾਸ ਰੱਖਾਂਗੇ ਪਰਮਾਤਮਾ, ਮਿਹਨਤ ਕਰਾਂਗੇ, ਕਿਰਤ ਕਰਾਂਗੇ, ਕੰਮ ਕਰਕੇ ਖਾਵਾਂਗੇ, ਭੁੱਖੇ ਨਹੀਂ ਮਰਦੇ ਆਪਾਂ। ਕਿਤੇ ਨਾ ਕਿਤੇ ਬਾਈ ਜੀ ਹੁਣ ਆਪਾਂ ਦੇਖਿਆ ਚੰਗੀ ਦਸਤਾਰ ਸਜਾਈ ਹੋਈ ਹੈ, ਸਿੱਖੀ ਸਰੂਪ ਦੇ ਵਿੱਚ ਨਜ਼ਰ ਆਉਂਦਾ ਸੀ। ਇੰਦਰਜੀਤ ਨਿੱਕੂ ਇੱਕ ਤਾਂਤਰਿਕ ਕੋਲੇ ਬੈਠਾ ਸੀ, ਡੇਰੇਵਾਦ ਕੋਲੇ ਬੈਠਾ ਸੀ ਇੱਕ, ਤੇ ਹੁਣ ਡੇਰੇਵਾਦ ਤੋਂ ਉਦੋਂ ਬਾਅਦ ਸਾਡੇ ਜਿਹੜੇ ਸਿੱਖੀ ਨੂੰ ਪਿਆਰ ਕਰਨ ਵਾਲੇ ਲੋਕ ਸੀ, ਸਾਡੇ ਕਲਾਕਾਰ ਭਾਈਚਾਰਾ ਸੀ, ਜਿਹੜੇ ਸਾਡੇ ਫੋਰਨ ਦੇ ਵਿੱਚ ਰਹਿੰਦੇ ਸੀ ਸਾਡਾ ਭਾਈਚਾਰਾ, ਉਹ ਜਿਹੜੇ ਕਿ ਸਿੱਖੀ ਨੂੰ ਲੈ ਕੇ ਆਪਣੇ ਪੰਜਾਬ ਨੂੰ ਲੈ ਕੇ ਬਹੁਤ ਚਿੰਤਤ ਨੇ, ਉਹਨਾਂ ਨੇ ਉਹਨਾਂ ਨੂੰ ਉੱਧਰ ਬਣਾਉਣਾ ਸਟਾਰਟ ਕਰਤਾ, ਉਹਨਾਂ ਦੇ ਸ਼ੋਅ ਵੀ ਵਗੈਰਾ ਲੱਗਣ ਲੱਗ ਪਏ ਇੰਦਰਜੀਤ ਨਿੱਕੂ ਦੇ ਫੋਰਨ ਦੇ ਵਿੱਚ, ਕਹਿਣ ਸੁਣਨ 'ਚ ਆਈ ਆ ਗੱਲ ਇਹ, ਅਤੇ ਕਿਤੇ ਨਾ ਕਿਤੇ ਫਿਰ ਇਹ ਲੱਗਦਾ ਹੋਊਗਾ ਵੀ ਡੇਰੇ ਦਾ ਚਮਤਕਾਰ ਹੈ। ਜੇ ਉਹ ਡੇਰੇ ਕੋਲ ਗਿਆ ਤਾਂ ਉਹਨੂੰ ਚਮਤਕਾਰ ਮਿਲਿਆ, ਨਾਲ ਦੀ ਨਾਲ ਉਹਨੂੰ ਕੰਮ ਮਿਲਣਾ ਸਟਾਰਟ ਹੋ ਗਿਆ, ਇਹਦੇ ਬਾਰੇ ਕੀ ਹੈ? ਤੁਸੀਂ ਆਪਦੇ ਪਿਓ ਨੂੰ ਛੱਡ ਕੇ, ਤੁਹਾਡੇ ਪਿਓ ਨੂੰ ਛੱਡ ਕੇ ਤੁਸੀਂ ਕਹੋ ਮੈਂ ਇਹਦੇ ਕੋਲ ਜਾਵਾਂ, ਇਹ ਮੈਨੂੰ ਤਾਰ ਦੂਗਾ, ਤਾਰ ਦੂਗਾ? ਜਿੰਨਾ ਆਪਣਾ ਮਾਂ ਬਾਪ ਨੂੰ ਸਾਂਭ ਸਕਦਾ ਉਹ ਦੂਜਾ ਸਾਂਭ ਲੂਗਾ ਜੀ? ਉਹ ਪਖੰਡ ਨੇ, ਉਹ ਡਰਾਮੇਬਾਜ਼ ਬੰਦਾ ਹੈ, ਉਹਨੇ ਆਪਾਂ ਸਿੱਖੀ ਦਾ ਬਦਨਾਮ ਕਰੀਏ ਕਰੀਏ, ਉਹਨੇ ਡੇਰਾ ਬਾਅਦ ਪ੍ਰਮੋਟ ਕਰ, ਪਹਿਲਾਂ ਕੋਈ ਜਾਣਦਾ ਜੀ ਉਹ ਬੰਦੇ ਨੂੰ?
ਜਿਹਦੇ ਕੋਲ ਗਿਆ ਉਹ ਅੱਜ ਉਹ ਫੇਸਬੁੱਕ ਖੋਲੋ ਯੂਟਿਊਬ ਖੋਲੋ ਮੂਹਰੇ ਬੈਠਾ ਉਹ ਮੈਂ ਇਹ ਕਰ ਦੂੰਗਾ ਵਿੱਚ ਵਾਲਾ ਬੰਦਾ ਆ ਜਾ ਉੱਠ ਕੇ ਕੀ ਹੈ ਯਾਰ ਇਹ ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਬਾਬਾ ਜੀ ਤੂੰ ਚਲੋ ਮਾਨਸਿਕ ਤੌਰ ਤੇ ਜਾਂ ਗਰੀਬੀ ਤੌਰ ਤੇ ਆ ਗਿਆ ਤੂੰ ਆਪਦੇ ਭਾਈ ਨੂੰ ਕਿਸੇ ਨੂੰ ਬਗਾਰ ਪਾ ਕਿਸੇ ਨੂੰ ਵੀ ਮੈਂ ਗਰੀਬੀ 'ਚ ਵੱਗ ਗਿਆ ਬਾਈ ਮੇਰੀ ਮਦਦ ਕਰੋ ਕਿਉਂ ਨਹੀਂ ਕਰਦਾ ਕੋਈ ਵੀ ਐਸਜੀ ਪੀ ਜੀ ਨੂੰ ਉਹ ਕਹਿੰਦਾ ਮਾੜਾ ਮੋਟਾ ਕਿਸੇ ਹੋਰ ਨੂੰ ਕਹਿੰਦਾ ਕਿਸੇ ਨੂੰ ਸੰਸਥਾ ਨੂੰ ਕਹਿੰਦਾ ਉਹਨੇ ਮਦਦ ਕਰਦੇ ਨਾ ਉਹਦੀ ਹੁਣ ਨਹੀਂ ਕਰੀ ਹੈਗੀ ਹੁਣ ਨਹੀਂ ਕਰੀ ਹੈਗੀ ਇਹ ਕਿਤੇ ਨਾ ਕਿਤੇ ਮੈਨੂੰ ਸਾਰਾ ਪਖੰਡ ਲੱਗਦਾ ਮਦਦ ਤਾਂ ਕਰੀਏ ਲੋਕਾਂ ਨੇ ਆਪਣੇ ਭਾਈਚਾਰੇ ਨੂੰ ਦੇਖ ਕੇ ਆਪਣੇ ਮਿੱਤਰ ਨੂੰ ਦੇਖ ਕੇ ਆਪਣੀ ਪੰਜਾਬੀ ਕਮਿਊਨਿਟੀ ਨੂੰ ਦੇਖ ਕੇ ਦੀ ਮਦਦ ਕੀਤੀ ਹੈ ਕਿਤੇ ਨਾ ਕਿਤੇ ਮੈਨੂੰ ਲੱਗ ਰਿਹਾ ਵੀ ਇੱਥੇ ਡੇਰਾਵਾਦ ਪ੍ਰਮੋਟ ਹੋ ਚੁੱਕਿਆ ਉਹਦੀ ਸ਼ਕਤੀ ਦਿਖਾਉਣ ਲੱਗ ਹੁਣ ਵੀ ਤਾਂ ਆਪਣੇ ਬੰਦੇ ਨੇ ਕਰੀਆ ਪ੍ਰਮੋਟ ਜੀ ਉਹਦੇ ਮਿੱਤਰਾਂ ਨੇ ਕਰੀਆ ਹੁਣ ਵੀ ਤਾਂ ਜੇ ਉਹਨਾਂ ਨੂੰ ਸਿੱਧੇ ਮੱਥੇ ਕਹਿੰਦਾ ਫਿਰ ਕਰਦੇ ਨਾ ਜੀ ਉਹ ਬਿਲਕੁਲ ਜੀ ਜੇ ਉਹਨਾਂ ਨੂੰ ਕਹਿੰਦਾ ਜਾ ਕੇ ਉਹ ਕਰਦੇ ਨਾ ਇਹ ਕਿਤੇ ਨਾ ਕਿਤੇ ਉਹਨੂੰ ਪ੍ਰਮੋਟ ਕਰ ਗਿਆ ਅੱਜ ਉਸ ਬੰਦੇ ਕੋਲ ਨਿੱਤ ਇੱਕ ਅੱਧਾ ਗੁਰਦੁਆਰਾ ਸਿੱਖ ਬੈਠਾ ਹੁੰਦਾ ਪਹਿਲਾਂ ਪਹਿਲੀ ਕਦੇ ਅੰਮ੍ਰਿਤ ਛਕਿਆ ਉਹਨਾਂ ਦਾ ਲੇਕਿਨ ਪੰਜਾਬੀ ਬੰਦੇ ਉਹਨਾਂ ਕੋਲ ਜਾਣ ਲੱਗ ਗਏ ਜੀ ਬਿਲਕੁਲ ਤੇ ਕਿ ਤੁਸੀਂ ਚੰਗੀ ਤਰ੍ਹਾਂ ਦਰਬਾਰ ਸਾਹਿਬ ਵੀ ਜਾਂਦੇ ਹੋ ਅਕਸਰ ਸੁਣਨ ਦੇ ਵਿੱਚ ਆਇਆ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੈ ਗੁਰੂ ਰਾਮਦਾਸ ਹੌਸਪੀਟਲ ਹੈ ਇੱਕ ਚੈਰੀਟੇਬਲ ਹੌਸਪੀਟਲ ਹੈ ਜਿਹੜੇ ਉੱਥੇ ਕਹਿੰਦੇ ਵੀ ਬਾਹਰ ਸਟੈਂਡ ਲੱਗਿਆ ਹੋਇਆ ਸਾਈਕਲ ਸਟੈਂਡ ਆਇਆ ਜਿਵੇਂ ਕਾਰ ਸਟੈਂਡ ਹੈ ਮੋਟਰਸਾਈਕਲ ਹੈ ਉੱਥੇ 10 ਰੁਪਈਆਂ ਦੀ ਪਰਚੀ ਵੀ ਕੱਟੀ ਜਾਂਦੀ ਹੈ ਦੇਖੋ ਜੀ ਇਹਦੇ ਬਾਰੇ ਮੈਂ ਨਹੀਂ ਕੁਛ ਕਹਿ ਸਕਦਾ ਮੈਂ ਉੱਥੇ ਜਾਂਦੇ ਹਾਂ ਆਪਾਂ ਹਰਿਮੰਦਰ ਸਾਹਿਬ ਸਰਦਾਰ ਨੂੰ ਮਤਲਬ ਉੱਥੇ ਨਹੀਂ ਹਸਪੀਟਲ ਦੇ ਵਿੱਚ ਅੱਛਾ ਜੀ ਨਹੀਂ ਉੱਥੇ ਸਾਡੀ ਪਹੁੰਚ ਨਹੀਂ ਹੋਈ ਜੀ ਹਾਲ ਤੱਕ ਸੋ ਦਰਸ਼ਕੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੇ ਪਰਚੀ ਹੈ ਸਟੈਂਡ ਦੇ ਵਿੱਚ ਪਰਚੀ ਵੀ ਕੱਟੀ ਜਾ ਸਕਦੀ ਹੈ ਜੇ ਸਾਡੇ SDPC ਜਿਹੜੇ ਸਾਡੀ ਸਿੱਖ ਕਮਿਊਨਿਟੀ ਹੈ ਜੇ ਚਾਹੇ ਤਾਂ ਸੰਗਰੂਰ ਜਾਂ ਇੱਕ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਇੱਕ ਹਸਪੀਟਲ ਜਾਂ ਇੱਕ ਇੱਕ ਸਕੂਲ ਇੱਕ ਇੱਕ ਕੋਈ ਨਾ ਕੋਈ ਵਧੀਆ ਲੈਵਲ ਦੀ ਜਿੱਥੇ ਡਿਗਰੀਆਂ ਡਿਪਲੋਮੇ ਹੋਣ ਜਿੱਥੇ ਸਾਡੇ ਲੋਕ ਜਾਣ ਸਾਡੀ ਸਿੱਖ ਕਮਿਊਨਿਟੀ ਦਾ ਮਾਣ ਹੋਵੇ ਉਹ ਖੁੱਲ੍ਹੇ ਜਾਂ ਬਣੇ ਤਾਂ ਸਾਡੇ ਮੈਨੂੰ ਸਾਨੂੰ ਲੱਗਦਾ ਕਿ ਸਾਡਾ ਜਿਹੜਾ ਡੇਰਾਵਾਦ ਹੈ ਉਹ ਘੱਟ ਜੂਗਾ ਕਿਤੇ ਨਾ ਕਿਤੇ ਜਿਹੜੀ ਸਿੱਖੀ ਹੈ ਸਾਡੇ ਬੱਚੇ ਬਚ ਜਾਣਗੇ ਸਾਡੇ ਬੱਚੇ ਬਚ ਰਹਿਣਗੇ ਮੈਂ ਇਹੀ ਪੂਰਯੋਗ ਮੰਗ ਕਰਦਾ SCPC ਤੋਂ ਪ੍ਰਧਾਨ ਜੀ ਤੋਂ ਇਹੀ ਕਹਿਣਾ ਮੈਂ ਵੀ ਸਿੱਖਾਂ ਦੇ ਬੱਚਿਆਂ ਵਾਸਤੇ ਸਿੱਖਾਂ ਵਾਸਤੇ ਜ਼ਰੂਰ ਕੋਈ ਨਾ ਕੋਈ ਤੁਸੀਂ ਉਪਰਾਲਾ ਕਰੋ ਨਹੀਂ ਤਾਂ ਫਿਰ ਤੁਹਾਡੇ ਸਾਹਮਣੇ ਜਾਂ ਫਿਰਦਿਆ ਸੀ ਕਿੰਨਾ ਕੁ ਚਿਰ ਜਾਵਾਂਗੇ ਹਰੇਕ ਬੰਦਾ ਸਾਡਾ ਮਜ਼ਾਕ ਉਡਾ ਰਿਹਾ ਪ੍ਰਧਾਨ ਜੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸ਼੍ਰੋਮਣੀ ਕਮੇਟੀ ਨੂੰ ਵੀ ਜ਼ਰੂਰ ਸਿੱਖ ਕੇਸਾਧਾਰੀ ਬੰਦਿਆਂ ਵਾਸਤੇ ਜ਼ਰੂਰ ਕੋਈ ਨਾ ਕੋਈ ਹਸਪੀਟਲ ਅਤੇ ਸਕੂਲ ਦਾ ਪ੍ਰਬੰਧ ਜ਼ਰੂਰ ਕੀਤਾ ਜਾਵੇ ਬਾਕੀ ਆ ਬਾਈਆਂ ਦਾ ਮੈਂ ਧੰਨਵਾਦ ਕਰਦਾ ਇਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਮੈਂ ਬਹੁਤ ਦੁਖੀ ਹਾਂ ਪ੍ਰਧਾਨ ਜੀ ਸੋ ਦੋਸਤੋ ਡੇਰਾਵਾਦ ਖਤਮ ਕਰਨਾ ਜੀ ਜੇ ਤਾਂ ਇਹ ਚੀਜ਼ਾਂ ਜ਼ਰੂਰੀ ਹੋ ਗਈਆਂ ਜੀ ਸਾਡਾ ਸਾਨੂੰ ਪੈਸੇ ਦੀ ਲੋੜ ਨਹੀਂ ਹੈਗੀ ਸਾਨੂੰ ਗਲੇ ਲਾਓ ਬਸ ਸੋ ਦੋਸਤੋ ਵੀਡੀਓ ਨੂੰ ਚਲਦੀ ਨੂੰ ਜ਼ਰੂਰ ਸ਼ੇਅਰ ਕਰ ਦਿਓ ਕਿਉਂਕਿ ਸਾਡਾ ਜਿਹੜਾ ਸਿੱਖ ਭਾਈਚਾਰਾ ਜਿਹੜੀ ਤਾਂ ਆਪਾਂ ਦੇਖਦੇ ਰਹਿੰਦੇ ਅਕਸਰ ਅੱਗੇ ਆ ਜਾਂਦਾ ਉਹ ਤਾਂ ਆਪਾਂ ਨੂੰ ਨਜ਼ਰ ਆ ਜਾਂਦਾ ਜਿਹੜੇ ਸਾਡੇ ਵੀਰ ਟਰੱਕ ਡਰਾਈਵਰ ਨੇ ਸਿੱਖੀ ਸਰੂਪ ਦੇ ਵਿੱਚ ਨੇ ਟਰੱਕ ਡਰਾਈਵਰ ਚਾਹੇ ਉਹ ਸਿਰ ਤੋਂ ਮੋਨੇ ਘੋਨੇ ਕਿਉਂ ਨਾ ਹੋਣ ਦਾੜੀ ਕੇਸ ਭਮਾ ਨਹੀਂ ਰੱਖਿਆ ਹੋਇਆ ਪਰ ਉਹਨਾਂ ਦੇ ਅੰਦਰ ਸਿੱਖੀ ਜਜ਼ਬਾ ਜ਼ਰੂਰ ਹੈ ਜੇ ਸਾਡੇ SDPC ਪ੍ਰਧਾਨ ਜਾਂ ਸਾਡੇ ਸਿੱਖ ਕਮਿਊਨਿਟੀ ਕੁਛ ਨਾ ਕੁਛ ਇਹੋ ਜਿਹਾ ਕਰੇ ਉਤਸ਼ਾਹਿਤ ਕਰੇ ਅਸੀਂ ਇਹ ਨਹੀਂ ਕਹਿੰਦੇ ਵੀ ਗਲੀ ਗਲੀ ਜਾ ਕੇ ਪ੍ਰਚਾਰ ਕਰੋ ਕਰ ਵੀ ਸਕਦੇ ਤਾਂ ਬਾਹਲੀ ਵੱਡੀ ਗੱਲ ਨਹੀਂ ਕਿਉਂਕਿ ਸਾਡੇ ਪਿਓ ਦਾ ਪ੍ਰਚਾਰ ਹੋਊਗਾ ਇਹਦੇ ਵਿੱਚ ਇਹ ਨਹੀਂ ਕੋਈ ਸ਼ਰਮ ਵਾਲੀ ਗੱਲ ਨਹੀਂ ਹੈਗੀ ਪਰ ਜੇ ਛੋਟਾ ਮੋਟਾ ਉਪਰਾਲੇ ਵੀ ਕਰਦੇ ਰਹਾਂਗੇ ਸਾਡੀ ਜਿਹੜੀ ਸਿੱਖ ਕਮਿਊਨਿਟੀ ਹੈ ਜਿਹੜੇ ਸਾਡੇ ਸਿੱਖੀ ਸਰੂਪ ਹੈ ਉਹ ਜਿਉਂਦਾ ਰਹਿ ਜੂਗਾ ਹੁਣ ਆਪਾਂ ਅਕਸਰ ਪਹਿਲਾਂ ਉਦਾਹਰਨਾਂ ਦਿੰਦੇ ਰਹਿੰਦੇ ਹਾਂ ਕਿਤੇ ਵੀ ਲੜਾਈ ਹੋ ਜਾਏ ਕਿਤੇ ਵੀ ਕੁਛ ਹੋ ਜਾਏ ਆਪਾਂ ਉਦਾਹਰਨਾਂ ਦਿੰਦੇ ਹਾਂ ਵੀ ਜਿਹੜੀ ਸਾਡੀ ਸਿੱਖ ਕੌਮ ਹੈ ਇਹ ਕੁਰਬਾਨੀਆਂ ਨਾਲ ਭਰੀ ਹੋਈ ਹੈ ਹਰੀ ਸਿੰਘ ਨਲੂਆ ਜੀ ਨੇ ਕੁਰਬਾਨੀ ਦਿੱਤੀ ਠੀਕ ਹੈ 10ਵੇਂ ਪਾਤਸ਼ਾਹ ਨੇ ਕੁਰਬਾਨੀ ਦਿੱਤੀ ਸਾਡੇ ਸਿੱਖੀ ਸਰੂਪ ਦੇ ਵਿੱਚ ਬਹੁਤ ਹੀ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ ਸੋ ਉਹਨਾਂ ਕੁਰਬਾਨੀਆਂ ਨੂੰ ਆਪਾਂ ਯਾਦ ਵੀ ਰੱਖੀਏ ਅਤੇ ਨਾਲ ਨਾਲ ਆਪਾਂ ਮੁੱਲ ਪਾਈਏ ਅਤੇ ਨਾਲ ਨਾਲ ਉਹਨਾਂ ਦੇ ਪੂਰਨੇ 'ਤੇ ਚੱਲੀਏ ਨਾ ਕਿ ਆਪਾਂ ਉਹ ਪੁਰਾਣੀਆਂ 20-25 ਸਾਲਾਂ ਦੀਆਂ ਕਹਾਣੀਆਂ ਸੁਣਾਈਏ ਲੋਕਾਂ ਨੂੰ ਆਪਾਂ ਅੱਜ ਕਰਕੇ ਦਿਖਾਈਏ ਕਿਉਂਕਿ ਜਿਹੜੇ ਈਸਾਈ ਧਰਮ ਵਾਲੇ ਨੇ
ਹੋਰ ਵੀ ਸਿਰ ਖੇਡਣੇ ਨਹੀਂ ਆ, ਡੇਰਾ ਬਾਰੇ ਕਰਕੇ ਦਿਖਾਉਂਦੇ ਨੇ ਵੀ ਅਸੀਂ ਤੁਰਤ ਕਰਕੇ ਦਿਖਾਉਣੇ ਆ ਜਾਓ। ਆਪਾਂ ਉਹੀ ਪੁਰਾਣਾ ਇਤਿਹਾਸ ਦੱਸੀ ਜਾਂਦਾ, ਇਤਿਹਾਸ ਆਪਾਂ ਨੂੰ ਦੱਸਣਾ ਵੀ ਚਾਹੀਦਾ ਅਤੇ ਯਾਦ ਵੀ ਰੱਖਣਾ ਚਾਹੀਦਾ ਅਤੇ ਨਵਾਂ ਇਤਿਹਾਸ ਵੀ ਸਿਰਜਣਾ ਚਾਹੀਦਾ। ਇਕੱਲਾ ਆਪਾਂ ਨੂੰ ਲੋਕ ਇਹ ਨਾ ਕਹਿਣ ਵੀ ਸਿੱਖ ਜਿਹੜਾ ਧਰਮ ਹੈ ਇਹ ਸਿਰਫ ਲੰਗਰ ਲਾਉਣ ਹੀ ਜਾਣਦਾ, ਜਿਹੜੀ ਲੰਗਰ ਲਾਉਣਾ ਕੋਈ ਮਾੜੀ ਗੱਲ ਨਹੀਂ, ਲੰਗਰ ਲਾਉਣੇ ਚਾਹੀਦੇ ਨੇ। ਕਿਉਂਕਿ ਇੱਧਰ ਵੀ ਆਪਦੀ ਬਰਾਦਰੀ ਕਰੇ ਵੀ ਦੇਖਿਆ ਜਾਵੇ, ਜਿਵੇਂ ਹੁਣ ਆਪਾਂ ਕਹਿੰਦੇ ਹਾਂ ਵੀ ਅੱਜ ਕੱਲ੍ਹ ਚੱਲ ਰਿਹਾ ਜੀ, ਜਿਵੇਂ ਅਸੀਂ ਈਸਾਈ ਹਾਂ, ਅਸੀਂ ਹਿੰਦੂ ਹਾਂ, ਅਸੀਂ ਮੁਸਲਮਾਨ ਹਾਂ, ਅਸੀਂ ਕਹਿੰਦੇ ਵੀ ਸਾਡੇ ਕਰੇ ਵੀ ਦੇਖਿਆ ਜਾਵੇ, ਹਰੇਕ ਗੁਰੂ ਘਰ 'ਚ ਅਨਾਊਂਸਮੈਂਟ ਹੋਵੇ ਜੀ ਵੀ ਘੰਟਾ ਦੋ ਘੰਟੇ ਉਹਨੂੰ ਉੱਥੇ ਆਪਣਾ ਇਤਿਹਾਸ ਪੜ੍ਹਾਇਆ ਜਾਵੇ, ਕੁਛ ਵੀ ਉਹਨਾਂ ਨੂੰ ਬੱਚਿਆਂ ਨੂੰ ਰਹਿਰਾ ਸਾਹਿਬ ਸੁਖਮਨੀ ਸਾਹਿਬ ਕੁਛ ਵੀ ਉਹਨਾਂ ਨੂੰ ਉੱਥੇ ਉਹਨਾਂ ਦਾ 10 ਮਿੰਟ ਲਵਾਏ ਜਾਣ। ਅੱਜ ਕੱਲ੍ਹ ਕਿਸੇ ਗੁਰੂ ਘਰ 'ਚ ਇਹ ਨਹੀਂ ਹੋ ਰਿਹਾ ਜੀ ਵੀ ਉੱਥੇ ਕੋਈ ਬਾਣੀ ਤੋਂ ਬਿਨਾਂ ਹੋਰ ਕੋਈ ਸਿਖਲਾਈ ਦਿੱਤੀ ਜਾਂਦੀ, ਹੋ ਰਹੀਆਂ ਸਿਰਫ ਬੇਅਦਬੀਆਂ ਹੋ ਰਹੀਆਂ ਨੇ, ਬਸ ਬੇਅਦਬੀਆਂ ਹੋ ਰਹੀਆਂ। ਇੱਕ ਵੀ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਵੀ ਕਿਸੇ ਗੁਰੂ ਘਰ 'ਚ ਜੀ ਉੱਥੇ ਕੋਈ ਮਾੜਾ ਮੋਟਾ ਗਿਆਨ ਦਿੱਤਾ ਜਾਂਦਾ। ਜੇ ਤੁਹਾਡੇ ਹਿਸਾਬ ਨਾਲ ਵੀ ਜੇ ਸਿੱਖੀ ਸਰੂਪ ਨੂੰ ਬਚਾ ਸਕਦੇ ਹਾਂ ਤਾਂ ਕਿਤੇ ਨਾ ਕਿਤੇ SGPC ਇਹ ਕਰ ਸਕਦੀ ਹੈ ਵੀ ਜੇ ਕੋਈ ਬੱਚਾ ਦਸਤਾਰ ਸਜਾਵੇ ਜਾਂ ਜਿਹਦੇ ਮਾਂ ਬਾਪ ਦਾ ਅੰਮ੍ਰਿਤ ਛਕਿਆ ਹੋਵੇ ਅਸੀਂ ਉਹ ਬੱਚੇ ਨੂੰ ਐਜੂਕੇਸ਼ਨ ਫ੍ਰੀ ਦੇਵਾਂਗੇ ਜਾਂ ਅਸੀਂ ਇਲਾਜ ਫ੍ਰੀ ਦੇਵਾਂਗੇ, ਤਾਂ ਕਿਤੇ ਨਾ ਕਿਤੇ ਫਰਕ ਤਾਂ ਪਊਗਾ ਬਹੁਤ ਜ਼ਿਆਦਾ ਜੀ। ਇਹ ਡੇਰਾਬਾਦ ਤਾਂ ਦਿਨਾਂ 'ਚ ਖਤਮ ਹੋ ਜੂਗਾ ਜੇ ਇਹ ਛੋਟਾ ਜਿਹਾ ਜੀ ਇਹ ਉਪਰਾਲੇ ਕੀਤੇ ਜਾਣ ਨਾ ਤਾਂ ਦਿਨਾਂ 'ਚ ਖਤਮ ਹੋ ਜੂਗਾ ਜੀ। ਤੇ ਬਾਈ ਜੀ ਕਿਤੇ ਨਾ ਕਿਤੇ ਤੁਸੀਂ ਆਪਦੀ ਹਿਸਟਰੀ ਦੱਸੋ, ਤੁਸੀਂ ਇੱਕ ਟਰੱਕ ਡਰਾਈਵਰ ਹੋ, ਟਰੱਕ ਚਲਾਉਂਦੇ ਹੋ, ਕਿੰਨੀ ਤਨਖਾਹ ਹੈ ਤੇ ਤੁਹਾਡਾ ਕੀ ਗੁਜ਼ਾਰਾ ਕਿਵੇਂ ਚੱਲਦਾ ਆ? 10,000 ਤਨਖਾਹ ਹੈ ਜੀ ਮੇਰੀ, 1,000 ਰੁਪਇਆ ਚੱਕਰਦਾ ਸਾਰਾ, ਮੈਨੂੰ 15-20,000 ਰੁਪਇਆ ਬਣਦਾ ਜੀ ਇਹਦੇ ਵਿੱਚ ਜ਼ੋਰ ਮਾਰ ਕੇ। ਅਤੇ ਬੱਚੇ ਕਿੰਨੇ ਨੇ? ਦੋ ਬੱਚੇ ਨੇ ਜੀ ਮੇਰੇ, ਪਰਿਵਾਰ ਆ ਮੇਰਾ, ਮੇਰੇ ਮਾਤਾ ਪਿਤਾ ਹੈਗੇ ਨੇ, ਪਿਤਾ ਗੁਜ਼ਰ ਗਿਆ, ਮਾਤਾ ਹੈਗੀ ਹੈ ਜੀ। ਕਿਹੜੇ ਸਕੂਲ 'ਚ ਪੜ੍ਹਦੇ ਨੇ ਵੀਰੇ? ਉਹ ਹੈ ਬਾਬਾ ਬੰਦਾ ਸਿੰਘ ਜੀ ਬਹਾਦਰ ਸਕੂਲ ਹੈ ਜੀ ਬੁਖਰਾ ਖੁਰਦ। ਅਤੇ ਕਿੰਨੀ ਫੀਸ ਕਿੰਨੀ ਪੜ੍ਹਦੇ? 30,000 ਰੁਪਇਆ ਫੀਸ ਹੈ ਜੀ ਦੋਨੇ ਬੱਚਿਆਂ ਦੀ। ਅਤੇ ਸਕੂਲ ਦਾ ਨਾਂ ਇੱਕ ਵਾਰ ਦੁਬਾਰਾ ਦੱਸੋ, ਦਰਸ਼ਕਾਂ ਨੂੰ ਕਿੰਨੇ? ਬਾਬਾ ਬੰਦਾ ਸਿੰਘ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਬੁਖੋਰਾ ਖੁਰਦ ਜੀ। ਅਤੇ ਫੀਸ ਕਿੰਨੀ ਹੈ ਜੀ? 30,000 ਰੁਪਏ ਦੋਵੇਂ ਬੱਚਿਆਂ ਦੀ। ਤੁਸੀਂ ਆਪ ਦੇਖ ਲਓ ਦੋਸਤੋ, ਨਾਮ ਸਾਡੇ ਸ਼ਹੀਦਾਂ ਦੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਕੂਲ ਦਾ ਨਾਮ ਹੈ, ਅਤੇ ਫੀਸ ਕਿੰਨੀ ਲੈ ਰਹੇ ਨੇ? 30,000 ਰੁਪਇਆ, ਜਦਕਿ ਬਾਈ ਜੀ ਇੱਕ ਸਿੱਖੀ ਸਰੂਪ 'ਚ ਨੇ। ਬਾਈ ਜੀ ਨੇ ਇਹ ਚੀਜ਼ ਸੋਚ ਕੇ ਜ਼ਰੂਰ ਰੱਖਿਆ ਹੋਗਾ ਵੀ ਸਾਡੇ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਦੇ ਸਕੂਲ ਹੈ ਅਤੇ ਸਾਨੂੰ ਕੁਛ ਨਾ ਕੁਛ ਸਾਡੇ ਬੱਚਿਆਂ ਨੂੰ ਸਿੱਖੀ ਨਾਲ ਜੋੜ ਕੇ ਰੱਖਣਗੇ। ਅਤੇ ਜੇ ਕਿਤੇ ਨਾ ਕਿਤੇ ਬਾਈ ਦੀ ਅੱਧੀ ਫੀਸ ਵੀ ਬੱਚਿਆਂ ਦੀ ਮਾਫ਼ ਕਰ ਦਿਓ ਤਾਂ ਮੈਨੂੰ ਲੱਗਦਾ ਬਾਈ ਜੀ ਤੁਸੀਂ ਬੱਚਿਆਂ ਨੂੰ ਸਕੂਲੋਂ ਹਟਾਓਗੇ। ਨਹੀਂ ਮੈਂ ਤਾਂ ਹੁਣ ਵੀ ਉਹਨਾਂ ਨੂੰ ਮੈਂ ਗਿਆ ਸੀ, ਉਹਨਾਂ ਨੂੰ ਬੇਨਤੀ ਕਰੀ ਆ ਜੀ, ਉਹਨਾਂ ਨੇ ਮੇਰੇ ਇੱਕ ਬੱਚੇ ਦੀ ਇਕੱਲੀ ਮਤਲਬ ਇਕੱਲੀ ਫੀਸ ਮਤਲਬ ਕਹਿ ਸਕਦੇ ਜੀ ਆਪਾਂ ਵੀ ਜਿਵੇਂ ਹੁਣ 15,000 ਇੱਕ ਬੱਚੇ ਦੀ ਤਾਂ ਉਹਨਾਂ ਨੂੰ 10 ਲੈਂਦੇ ਨੇ ਮੇਥੋਂ। ਅੱਛਾ, ਇੱਕ ਬੱਚੇ ਦੀ ਜੀ ਬਸ? ਇੱਕ ਬੱਚੇ? ਹਾਂ, ਇਹਨਾਂ ਮੇਰੇ ਮੈਂ ਉਸ ਟਾਈਮ ਬਾਣੇ 'ਚ ਜਿਹੜੀ ਪੂਰਾ ਹੁਣ ਹਟ ਗਿਆ ਜੀ, ਮੈਂ ਪਹਿਲਾਂ ਇੱਕ ਦਿੱਕਤ ਆਉਂਦੀ ਥੋੜ੍ਹੀ ਜੀ, ਬਾਣੇ 'ਚ ਗਿਆ ਜੀ ਮੈਂ ਉਹਨਾਂ ਕੋਲ ਪੂਰਾ ਪ੍ਰਭਾਵ, ਮੈਂ 6 ਮਹੀਨੇ ਤਲਵਾਰ ਚੱਕੀ ਫਿਰੀ ਗਿਆ ਜੀ। ਅੱਛਾ, ਮਹਾਰਾਜ ਨੇ ਇਹੀ ਕੋਈ ਕੁਦਰਤ ਵਰਤੀ, ਮੈਂ ਬਸ ਘਰੇ ਮੁੜਿਆ ਜੀ ਇੱਕ। ਅੱਛਾ ਜੀ, ਘਰੋਂ ਕਹਿ ਰਿਹਾ ਸੀ ਮੈਨੂੰ, ਸਾਰਾ ਪਿੰਡ ਕਹਿ ਰਿਹਾ ਸੀ ਵੀ ਜੇ ਤਾਂ ਇਹ ਕਿਸੇ ਨੂੰ ਚੱਕ ਦੂਗਾ ਜਾਂ ਕੋਈ ਇਹਨੂੰ ਚੱਕ ਦੂਗਾ। ਕਾਰਨ ਕੀ ਗੱਲ ਕੀ ਹੋਈ ਜੀ? ਉੱਤਰੀ ਆ ਗਏ ਹੁਕਮ, ਕੋਈ ਬੱਸਾਂ ਜਿਵੇਂ ਬੱਚੇ ਸਕੂਲ 'ਚ ਬੈਨ ਵਾਲੇ ਡੈਕ ਲਾ ਕੇ ਤੁਰਦੇ ਨੇ, ਉਹ ਸਾਰੇ ਡੈਕ ਭਰਾਉਣ ਬੰਦ ਕਰਾਉਣ ਤੁਰ ਗਿਆ ਮੈਂ। ਕੋਈ ਪਰਨਾ ਬੰਨ ਕੇ ਬੀੜੀ ਪੀਂਦਾ, ਪੀਲਾ ਪਰਨਾ ਬੰਨ ਕੇ, ਲੀਲਾ ਬੰਨ ਕੇ, ਤਾਂ ਮੈਂ ਨਹੀਂ ਬਖਸ਼ਿਆ ਜੀ। ਪਹਿਲਾਂ ਬੇਨਤੀ ਕਰਨੀ, ਉਦੋਂ ਬਾਅਦ ਝਟਕਾਉਣਾ, ਪਰ ਕਿਸੇ ਦੀ ਹਿੰਮਤ ਨਹੀਂ ਪਈ ਜੀ, ਇਸ ਗੁਰੂ ਦੇ ਸਿੱਖ ਨੇ ਉਂਗਲ ਕਰ ਜਾਂਦਾ। ਮਹਾਰਾਜ ਨੇ ਆਪੇ ਹੌਲੀ ਹੌਲੀ ਸ਼ਾਂਤ ਕੀਤਾ ਜੀ, ਅੱਜ ਆਪਦੇ ਕੰਮ 'ਤੇ ਦੁਬਾਰੇ ਆ ਗਏ। ਸੋ ਦੋਸਤੋ, ਜਿਹੜਾ ਸਾਡਾ ਸਿੱਖੀ ਹੈ ਇਤਿਹਾਸ ਹੈ, ਬਹੁਤ ਵੱਡਾ ਇਤਿਹਾਸ ਹੈ, ਅਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ, ਹੱਥ ਬੰਨ ਕੇ ਬੇਨਤੀ ਹੈ, ਕਿਉਂਕਿ ਤੁਹਾਡਾ ਕਿਤੇ ਨਾ ਕਿਤੇ ਸਾਨੂੰ ਬਚਾ ਲਓ, ਸਾਡੇ ਸਿੱਖੀ ਸਰੂਪ ਬਚਾ ਸਕਦੇ। ਬਾਈ ਹੋਰੀ ਬਹੁਤ ਚਿੰਤਤ ਨੇ, ਸਾਨੂੰ ਬਾਈ ਨੂੰ ਦੇਖਿਆ ਰੇਖਾ ਜੀ ਖੜੇ ਸੀ, ਚਾਹ ਪੀਣ ਲੱਗ ਰਹੇ, ਬਾਈ ਨੂੰ ਪਛਾਣ ਲਿਆ ਵੀ ਕਹਿੰਦੇ ਯੂਟਿਊਬ ਚਲਾਉਣੇ, ਮੈਂ ਕਿਹਾ ਹਾਂਜੀ ਬਾਈ ਜੀ, ਅਤੇ ਬਾਈ ਜੀ ਹੋਰੀ ਕਹਿੰਦੇ ਵੀ ਬਾਈ ਮੈਂ 2 ਗੱਲਾਂ ਕਰਨੀਆਂ ਲੋਕਾਂ ਨਾਲ ਅਤੇ ਮੇਰਾ ਸੁਨੇਹਾ ਲੋਕਾਂ ਤੱਕ ਪਹੁੰਚਾ ਦਿਓ। ਸੋ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਬਾਈ ਜੀ, ਕਮੈਂਟ ਸੈਕਸ਼ਨ ਜ਼ਰੂਰ ਦੱਸ ਦਿਓ, ਅਤੇ ਵੀਡੀਓ ਨੂੰ ਜਲਦੀ ਜ਼ਰੂਰ ਸ਼ੇਅਰ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।